ते तुही पुत मेरी मदद करोगे थोड़ी खनी गरीब बनी मेरा कोई कमाऊ नहीं है वीर मेरियो पिंड मरहाणा जिला तरन तारण तो वीरो बजुर्ग माता ते बापू रेंदे आ ते विचारियां दा वीरो 10 साल पहला वीरो इको एक पुत सीगा वह भी एक्सीडेंट दा करके चंद्री मौत खा गई ते हुण वीरो कल रेंदी खुंदी कसर वीरो मीह ने कर दिती इको एक विचारियां दा कोठा सीगा वह भी वीरो सारा टै टेर हो गया संगत नूं दस गया कि बई कोठे डिग पे आ ते अहीं गवांडियां दे घर बापू अज फिर बेकार हो गया है ना अपना हां बेकार मालक नु जो पावे वीर मेरियो दसन लग्या बड़ा दुख लगदा वा कि जिस बापू दी तुसी वीडियो देख रहे जे इस बापू दा भी बेचारे दा चूला टुटा वा बेचारी एहो बुजुर्ग माता उस नु सामदी सी ते उत्तों वीरो हुण आ कहर टैपिया सो सारी संगत अगे वीरो हाथ जोड़ के बेनती आ कि जेकर मदद नहीं कर सकते तो वीडियो नु वध-वध शेयर करियो क्योंकि हो सकदा ਤੁਹਾਡੀ ਸ਼ੇਅਰ ਕੀਤਾ ਕੋਈ ਪੁੱਤ ਬਣ ਕੇ ਮਾਤਾ ਦਾ ਆਵੇ ਤੁਸੀਂ ਵੇਖ ਸਕਦੇ ਹੋ ਕਿ ਵੀਰੋ ਮਾਤਾ ਪੂਰੀ ਆਪਾਂ ਹੁਣ ਜਿੱਥੇ ਰਜਾਈਆਂ ਲੈ ਰਹੇ ਹਾਂ ਆਪਣੇ ਬੱਚਿਆਂ ਨੂੰ ਰਜਾਈਆਂ ਦੇ ਰਹੇ ਹਾਂ ਮਾਤਾ ਪੂਰੀ ਵੀਰੋ ਗਿੱਲੀ ਹੋਈ ਪਈ ਆ ਕੱਪੜੇ ਵੀ ਗਿੱਲੇ ਆ ਨਾਲ ਦੀ ਨਾਲ ਵੀਰੋ ਮਾਤਾ ਕੰਬ ਰਹੀ ਆ ਕਿਉਂਕਿ ਵੀਰੋ ਛਾਤੀ ਨਹੀਂ ਹੈਗੀ ਛਾਤੀ ਡਿੱਗੀ ਤੇ ਵਿਚਾਰੀ ਕਿੱਥੇ ਰਹੂਗੀ ਹਾਂਜੀ ਵੀਰ ਮੇਰੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਆਪਾਂ 10-12 ਦਿਨ ਪਹਿਲਾਂ ਇਸ ਮਾਤਾ ਜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਕਿ ਇੱਕੋ ਇੱਕ ਪੁੱਤ ਸੀਗਾ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਤੇ ਘਰ ਸੀਗਾ ਉਹ ਵੀ ਵੀਰੋ ਜ਼ਿਆਦਾ ਮੀਂਹ ਆਉਂਦਾ ਕਰਕੇ ਉਹ ਵੀ ਟੈ ਟੇਰੀ ਹੋ ਗਿਆ ਤੇ ਜਿਵੇਂ ਸਾਰੀ ਦੁਨੀਆ ਨੇ ਵੇਖਿਆ ਕਿ ਮਾਤਾ ਕਹਿ ਰਹੀ ਸੀ ਕਿ ਵੀਰੋ ਮੇਰਾ ਕਮਾਉ ਨਹੀਂ ਹੈਗਾ ਤੇ ਮੇਰੀ ਕੋਈ ਮਦਦ ਕਰੋ ਜਦੋਂ ਇਹ ਵੀਡੀਓ ਇਹਨਾਂ ਦੇ ਵੀਰ ਜੀ ਹੁਣਾਂ ਨੂੰ ਵੀਰ ਕਰਨ ਵੀਰ ਹੁਣਾਂ ਨੂੰ ਕੈਨੇਡਾ ਪਹੁੰਚੀ ਤੇ ਵੀਰੋ ਬਹੁਤ ਦੁੱਖ ਮਹਿਸੂਸ ਕੀਤਾ ਤੇ ਉਹਨਾਂ ਨੇ ਅੱਜ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਆਪਣੇ ਫੈਮਿਲੀ ਨੂੰ ਭੇਜਿਆ ਵਾ ਤੇ ਉਹਦੇ ਵਿੱਚੋਂ ਵੀਰ ਜੀ ਅੱਜ ਮਾਤਾ ਦੇ ਜਿਹੜੇ ਘਰੇਲੂ ਚੀਜ਼ਾਂ ਹੁੰਦੀਆਂ ਵਾ ਜਿਵੇਂ ਅਲਮਾਰੀ ਹੁੰਦੀ ਆ ਵੀਰੋ ਬੈੱਡ ਹੁੰਦਾ ਵਾ ਇਹ ਸਾਰੀਆਂ ਚੀਜ਼ਾਂ ਵੀਰ ਜੀ ਅੱਜ ਮਾਤਾ ਜੀ ਕੋਲ ਆਪ ਦੇਣ ਆਏ ਆ ਅਸੀਂ ਸਾਰੀ ਸੰਗਤ ਦਾ ਤੇ ਇਹਨਾਂ ਵੀਰ ਜੀ ਜਿਹੜੇ ਦੂਰੋਂ ਇੰਨੀ ਦੂਰੋਂ ਚੱਲ ਕੇ ਆਏ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਕਰਨ ਵੀਰ ਨੂੰ ਕੈਨੇਡਾ ਦੇ ਵਿੱਚ ਰੱਬ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਤਾਂ ਜੋ ਹੋਰ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰ ਸਕੀਏ ਤੇ ਵੀਰ ਜੀ ਹੁਣ ਕਹਿ ਰਹੇ ਸੀ ਕਿ ਉਹਨਾਂ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਥਰੂ ਇਹਨਾਂ ਨੂੰ ਡੋਨੇਸ਼ਨ ਮਤਲਬ ਕਿ ਇਹਨਾਂ ਨੂੰ ਇਕੱਠੀ ਹੋਈ ਤੇ ਜਿੰਨੀ ਵੀਰ ਜੀ ਅੱਜ ਮਾਤਾ ਦੇ ਵਾਸਤੇ ਦੇਖੇ ਚ ਗਏ ਆ ਉਹ ਵਾਸਤੇ ਵੀਰ ਜੀ ਕਹਿ ਰਿਹਾ ਕਿ ਆਪਾਂ ਸਾਰਾ ਇਦਾਂ ਦਾ ਵੇਰਵਾ ਦੇ ਦੇਵਾਂਗੇ ਵਾਧੀ ਸੇਵਾ ਕੁਝ ਹੋਰ ਲੋੜਵੰਦ ਤੇ ਲਾਈ ਜਾਵੇ ਸਭ ਤੋਂ ਵਧੀਆ ਗੱਲ ਆ ਤੇ ਬਾਕੀ ਮੈਂ ਵੀ ਸਾਰੀ ਸੰਗਤ ਨੂੰ ਕਹਿਣਾ ਚਾਹੁੰਦਾ ਕਿ ਵੀਰ ਜੀ ਮੈਨੂੰ ਵੀ ਸੇਵਾ ਕਾਫੀ ਬਹੁਤ ਜ਼ਿਆਦਾ ਆ ਚੁੱਕੀ ਆ ਤੇ ਵਾਧੀ ਸੇਵਾ ਹੋਰ ਕਿਸੇ ਲੋੜਵੰਦ ਤੇ ਲੱਗ ਜੇ ਤੇ ਵਧੀਆ ਗੱਲ ਆ ਤੋ ਸਾਰੀ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਤੇ ਅਰਦਾਸ ਕਰਦਾ ਕਿ ਰੱਬ ਇਹਨਾਂ ਦੀਆਂ ਆਉਣ ਵਾਲੀਆਂ ਜ਼ਿੰਦਗੀਆਂ ਨੂੰ ਤਾਂ ਹੋਰ ਤੰਦਰੁਸਤੀਆਂ ਦੇਵੇ ਤਾਂ ਜਿਹੋ ਜਿਹੇ ਲੋੜਵੰਦਾਂ ਦੀ ਸੇਵਾ ਕਰਦੇ ਰਹਿਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਨ ਹੋਈ ਹਾਂ ਖੁਸ਼ ਪਤਵਾ ਤੇ ਕਰਨ ਸਿੰਘ ਨੂੰ ਤੇ ਉਹਨਾਂ ਦੀ ਟੀਮ ਨੂੰ ਦੁਆਵਾਂ ਦਿਓ ਜੀ ਉਹਨਾਂ ਸਦਕੇ ਹੋਇਆ ਸਾਰਾ ਕੁਝ ਕਮਾਈਆਂ ਤੇ ਬਰਕਤਾਂ ਪਾਵੇ ਬਹੁਤਾ ਬਹੁਤਾ ਦੇਵੇ ਮੇਰੇ ਬੱਚਿਆਂ ਨੂੰ ਅਸੀਂ ਤਾਂ ਬਸ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਸਾਰਾ ਕੁਝ ਉੱਥੇ ਬਾਈ ਦਾ ਕੀਤਾ ਤੇ ਮੈਂ ਚਾਹੂੰਗਾ ਵੀ ਇਸ ਮਾਤਾ ਦੀ ਜਿਵੇਂ ਹੈਲਪ ਕੀਤੀ ਗਈ ਆ ਸਾਰਿਆਂ ਨੂੰ ਆਪਾਂ ਨੂੰ ਬਾਹਰ ਲਿਆਂ ਨੂੰ ਅੰਦਰ ਲਿਆਂ ਨੂੰ ਖਾਸ ਕਰਕੇ ਪਿੰਡ ਵਾਲਿਆਂ ਨੂੰ ਵੀ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਤੇ ਅਸਮਾਨ ਜੀ ਤੇ ਖਾਸ ਕਰਕੇ ਉਹਨਾਂ ਨੂੰ ਮੈਂ ਜੀ ਜਿਨ੍ਹਾਂ ਨੇ ਡੋਨੇਟ ਕੀਤਾ ਪੈਸੇ ਆਪਦੀ ਮਨੀ ਆਪਦੇ ਦਸਵੰਧ ਕੱਢਿਆ ਜੀ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਇੰਸਟਾਗ੍ਰਾਮ 'ਤੇ ਉਹਨਾਂ ਦੇ ਬਿੱਲ ਵੀ ਸ਼ੇਅਰ ਕਰਾਂਗੇ ਤੇ ਤੁਹਾਨੂੰ ਸਾਰੇ ਪ੍ਰੂਫ ਦੇਵਾਂਗੇ ਵੀ ਮਾਤਾ 'ਤੇ ਕਿੰਨਾ ਖਰਚਾ ਆਇਆ ਅਤੇ ਜਿਹੜੇ ਵਧੇ ਪੈਸੇ ਆ ਉਹ ਆਪਾਂ ਕਿਸੇ ਹੋਰ ਘਰ 'ਤੇ ਹੋਰ ਦੁਖੀ ਬੰਦੇ ਨੂੰ ਜਾਂ ਜਿੰਨੇ ਵੀ ਬੰਦਿਆਂ ਨੂੰ ਲੋੜ ਹੋਊਗੀ ਉਹਨੂੰ ਆਪਾਂ ਦੇਵਾਂਗੇ ਅਤੇ ਬਾਕੀ ਮਹਾਰਾਜ ਦੀ ਕਿਰਪਾ ਰਹੀ ਅਤੇ ਆਪਾਂ ਕਿਸੇ ਨੂੰ ਜਿੱਥੋਂ ਤੱਕ ਹੋ ਸਕਿਆ ਉੱਥੋਂ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਮਾਤਾ ਕੋਸ਼ਾ ਵੇਲਾ ਤੂੰ ਕਹਿੰਦੀ ਮੇਰਾ ਪੁੱਤ ਨਹੀਂ ਹੈਗਾ ਤੇ ਵੇਲਾ ਕਿੰਨੇ ਪੁੱਤ ਆ ਗਏ ਤੇਰੇ ਮਾਤਾ ਕਹਿੰਦੀ ਮੇਰਾ ਕੋਈ ਕਮਾਊ ਨਹੀਂ ਹੈਗਾ ਤੇ ਵੇਲਾ ਮਾਤਾ ਕਿੰਨੇ ਕਮਾਊ ਆ ਗਏ ਤੇਰੇ ਰੱਬ ਦੇ ਘਰ ਮੇਰੇ ਕਈ ਪੁੱਤ ਉੱਠੇ ਆ ਹਾਂ ਚਲੋ ਮਾਤਾ ਜਿੰਨੀ ਜੋਗਿਆ ਜ਼ਰੂਰ ਸੇਵਾ ਕਰਦੇ ਰਵਾਂਗੇ ਬਜ਼ੁਰਗਾਂ ਦੀ ਕੋਈ ਗੱਲ ਨਹੀਂ ਹਾਂ ਚੰਗਾ ਜੀ ਬਾਪੂ ਥੈਂਕ ਯੂ ਜੀ हां बापू दसो ना
ਵੀ ਮੈਂ ਤਾਂ ਬੜਾ ਡੋਲਿਆ। ਅੱਛਾ। ਜਿੱਦਣ ਮਕਾਨ ਡਿੱਗ ਪਏ ਆ ਮੈਂ ਨਾ ਵੀ ਪਾਉਣੇ ਕਿੱਥੋਂ ਆ ਤੇ ਪਾਉਂ ਕਿਹੜਾ ਤੇ ਅੱਜ ਮਾਲਕ ਦੀ ਬੜੀ ਕਿਰਪਾ ਜੀ। रब के दूर नी गया है नेड़े ही आ। महाराज ने ताले बत्ती दे जिन्ना ने मेरा ही दंद बापू ने तोड़े ही। हां बापू ने तोड़े ही। बापू ने तोड़े ना बापू दा भांडा पाते। हां बापू ने काडे तोड़ने आप ही टूट गए। अंडे जेड़ ते किने तोड़े। बापू ने तोड़े बोले कुछ नहीं बापू। हां बापू दस नहीं ओ भरावा मैं नहीं तोड़े। लड़ना मां कह दिया मारा गिरी जरा मेरे दंद तोड़े मैं भी हाथ पे मारी आवे। ठीक है ये दारा वीडियो। हां बापू ना हस खेड रहे सीगे क्योंकि बापू दे चेहरे ते पहला दुखी सी एक नमोशी सी ते हुण सारी संगत ने बापू दे चेहरे ते खुशी लियांदी आ ते चलो मन साडा भी खुश सीगा ते दो मिनट हस खेड रहे सी बापू दे नाल ते जेकर हसदिया खेडदिया कोई गल्लां ना चंगियां लगियां होण ते असीं संगत तों माफ़ी मंगदे हाँ ते फिर एक बार फिर उन्हां तमाम वीरां दा धन्नवाद करदे हाँ जिन्हां ने बापू बेबे दी अज फिर टुट्टी गंढी है ते गुरु रामदास पातशाह इदां ही इन्हां दे परिवारां नूं खुश रखे जिदा इन्हां बापू बेबे नूं अज खुश कीता वा ते अरदास करदे हाँ कि इहो जिहे परिवारां दी होर वध चढ़ के सेवा करन रब इन्हां दी कमाइयां दे विच बरकतां पावे वादा फुला करे परिवार हसदे खेडदे रहन ते अज बापू बेबे दे घर दा समान आ गया ते बेबे साडी पूरी खुश वा। सो सारी दुनिया नूं एक बार फिर मैं बहुत बहुत सिजदा करदा वा ते गुरु रामदास पातशाह ताडियां कमाइयां नूं भाग लावे ते मैं संगत नूं आ विखाउणा चाहवांगा कि माता दे घर दा काम धन धन बाबा रतन देव सेवा सोसायटी पिंड मरहाणा वालों लिया गया वा सारे घर दे खचरी सेवा संस्था वालों की जाएगी। सो मैं फिर दोबारा धन्यवाद करदा वा जिन्हां ने सहयोग नाल संस्था वालों वीरे बापू का घर बन रहा वा एक पिंड दे विच आश्रम बन रहा वा अज हुण बठिंडे अज 5-6 अगस्त नूं विआह करन चले आ इलाज लई पेशेंट हॉस्पिटलां च एडमिट आ ते इह सब कुछ वीरे ताडे वीरां भैणां भरावां दे सहयोग नाल ही हो रहा वा ते इदा ही वीरो साथ दिंदे रहो तां जो मनुखता दी सेवा इदा ही जारी रहे ते जे किसे वीर ने सेवा च हिस्सा पाउणा होवे साडा अकाउंट नंबर वीरो उपर दित्ता हुंदा।